ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਈ ਯੂਟਿਊਬ ਚੈਨਲ। ਅੱਜ ਆਪਾਂ ਚੱਲੇ ਹਾਂ ਮੇਰਾ ਫਰੈਂਡ ਆ ਗੌਰਵ ਮਹਿਤਾ, ਉਹਨਾਂ ਦੀ ਵਰਕਸ਼ਾਪ 'ਤੇ। ਗੱਡੀ ਦੇ ਅੱਗੇ ਜਿਹੜਾ ਆਪਾਂ ਝੰਡੇ ਲਾਉਂਦੇ ਹਾਂ ਉਹਨਾਂ ਦਾ ਇੱਕ ਪ੍ਰੋਪਰ ਸਟੈਂਡ ਬਣਵਾਉਣ ਵਾਸਤੇ, ਕਿਉਂਕਿ ਬੋਨਟ ਦੇ ਉੱਤੇ ਝੰਡੇ ਨੂੰ ਬੰਨ੍ਹ ਦਿੱਤਾ ਜਾਂਦਾ, ਸਕਰੈਚ ਦੇ ਵੀ ਡਰ ਹੁੰਦੇ ਨੇ, ਅਤੇ ਕੁਛ ਜਾਲੀਆਂ ਨੇ ਉਹ ਤੇਜ਼ ਹਵਾ ਕਰਕੇ ਟੁੱਟ ਵੀ ਜਾਂਦੀਆਂ ਨੇ। ਅਤੇ ਬ੍ਰਦਰ ਦਾ ਕੰਮ ਜੈ ਸ਼੍ਰੀ ਐਗਰੀਕਲਚਰ ਵਰਕਸ ਦੇ ਨਾਂ ਤੋਂ ਇਹ ਟਰੈਕਟਰ ਦੇ ਹੋਰ ਪਾਰਟਸ ਤੁਸੀਂ ਦੇਖ ਸਕਦੇ ਹੋ ਬਣਾਉਂਦੇ ਨੇ। ਜਿਵੇਂ ਕਿ ਗੌਰਵ ਨੇ ਤੁਹਾਨੂੰ ਦੱਸਿਆ ਵੀ ਕੀ ਚੀਜ਼ਾਂ ਯੂਜ਼ ਕੀਤੀਆਂ ਗਈਆਂ ਨੇ, ਆਹ ਦੇਖੋ ਜੀ। ਸਭ ਤੋਂ ਪਹਿਲਾਂ 1 ਇੰਚੀ ਪਾਈਪ ਲੈ ਕੇ ਉਹਦੇ ਵਿੱਚ 2 ਹੋਲ ਕੀਤੇ ਜਿਹਦੇ 'ਚ ਆਪਾਂ ਨੱਟ ਕੱਸਣੇ ਨੇ, ਅਤੇ ਹੋਲ ਮਸ਼ੀਨ ਦੀ ਹੈਲਪ ਨਾਲ ਇਹ ਕਰ ਰਹੇ ਨੇ। 1 ਇੰਚੀ ਪਾਈਪ ਲਿੱਤਾ, ਉਸ ਤੋਂ ਬਾਅਦ ਇਹਦੇ ਉੱਤੇ ਜਿਹਦੇ ਵਿੱਚ ਆਪਣੇ ਨੱਟ ਕੱਸੇ ਜਾਂਦੇ ਨੇ ਉਹਨੂੰ ਵੈਲਡ ਕੀਤਾ ਜਾ ਰਿਹਾ ਕਿ ਨੱਟ ਜਿਹੜੇ ਈਜ਼ਲੀ ਇਹਦੇ ਵਿੱਚ ਕੱਸ ਦਿੱਤੇ ਜਾਣ, ਤਾਂ ਕਿ ਬਾਅਦ 'ਚ ਜਿਹੜਾ ਆਪਾਂ ਝੰਡੇ ਵਾਲਾ ਫਲੈਗ ਵਾਲਾ ਜਿਹੜਾ ਉਹਦੇ 'ਚ ਆਪਾਂ ਪਾਈਪ ਯੂਜ਼ ਕਰਨਾ ਉਹ ਇਹਦੇ ਵਿੱਚ ਪਾ ਕੇ ਉਹਨੂੰ ਟਾਈਟ ਕਰ ਦਿੱਤਾ ਜਾਏ। ਗੱਡੀ ਦੇ ਜਿਹੜਾ ਕਿ ਜਿਹੜਾ ਅੱਗੇ ਜਦੋਂ ਆਪਾਂ ਨੂੰ ਟੋਰਚਰ ਕਰਨ ਦੀ ਲੋੜ ਪੈਂਦੀ ਹੈ, ਇਨ ਕੇਸ ਕਦੀ ਗੱਡੀ 'ਚ ਕੋਈ ਖਰਾਬੀ ਆ ਜਾਂਦੀ, ਉਸ ਜਗ੍ਹਾ ਦੇ ਉੱਤੇ ਇਹਨੂੰ ਵੈਲਡ ਕੀਤਾ ਜਾਂਦਾ। ਗੌਰਵ ਤੁਹਾਨੂੰ ਦੱਸ ਰਿਹਾ ਕਿ ਇਹ ਚੀਜ਼ ਨੂੰ ਆਪਾਂ ਇਹਦੇ ਨਾਲ ਵੈਲਡ ਕਰ ਦਾਂਗੇ, ਜਿਹਦੇ ਨਾਲ ਕਿ ਇੱਕ ਪ੍ਰੋਪਰ ਮਜ਼ਬੂਤੀ ਹੈਗੀ। ਬੜੇ ਧਿਆਨ ਨਾਲ ਕਰਨ ਵਾਲੀ ਚੀਜ਼ ਆ, ਕਿਉਂਕਿ ਬੋਨਟ ਪਲਾਸਟਿਕ ਦਾ ਹੁੰਦਾ, ਜਦੋਂ ਆਪਾਂ ਵੈਲਡਿੰਗ ਕਰਦੇ ਹਾਂ ਉਹਦਾ ਗਲਣ ਦਾ ਖਤਰਾ ਹੁੰਦਾ ਸੜਨ ਦਾ। ਸੋ ਪਲੀਜ਼ ਅਗਰ ਤੁਸੀਂ ਕੋਈ ਚੀਜ਼ ਕਰਵਾਉਂਦੇ ਹੋ ਇੱਕ ਐਕਸਪੀਰੀਅੰਸਡ ਬੰਦੇ ਤੋਂ ਹੀ ਕਰਾਉਣਾ। ਬਹੁਤ ਹੀ ਵਧੀਆ ਇਹਨਾਂ ਨੇ ਇੱਕ ਸਟੈਂਡ ਬਣਾਇਆ, ਗੌਰਵ ਦੇ ਫਾਦਰ ਦਾ ਆਈਡੀਆ ਸੀ, ਨੋ ਡਾਊਟ ਐਕਸਪੀਰੀਅੰਸ ਮੈਟਰ ਕਰਦਾ ਇਨ ਸਭ ਚੀਜ਼ਾਂ ਦੇ ਵਿੱਚ। ਅਤੇ ਉਹਨਾਂ ਨੇ ਉਸ ਤੋਂ ਬਾਅਦ ਇਹਦੀ ਲਾਈਕ ਸੀਧ ਵਾਸਤੇ ਪਾਈਪ ਨੂੰ ਵਿੱਚ ਰੱਖਿਆ ਕਿ ਪ੍ਰੋਪਰ ਸੀਧ ਜਦੋਂ ਹੋ ਜਾਵੇ ਫਿਰ ਉਸ ਤੋਂ ਬਾਅਦ ਪਾਈਪ ਨੂੰ ਕੱਢ ਕੇ ਅਤੇ ਵੈਲਡਿੰਗ ਆ ਜਿਹੜੀ ਉਹਨੂੰ ਵਧੀਆ ਤਰੀਕੇ ਦੇ ਨਾਲ ਵੈਲਡ ਕਰਤਾ ਉੱਤੋਂ ਥੱਲੋਂ, ਕਿ ਲਾਈਕ ਜਦੋਂ ਗੱਡੀ 100-120 'ਤੇ ਚੱਲੇ ਅਤੇ ਵੈਲਡਿੰਗ ਦੇ ਜਿਹੜੇ ਟੁੱਚ ਨੇ ਉਹ ਟੁੱਟਣ ਨਾ। ਗੌਰਵ ਚੈੱਕ ਕਰ ਰਿਹਾ, ਉਹਦੇ ਡੈਡ ਕਹਿੰਦੇ ਭਾਵੇਂ ਇਹਦੇ ਉੱਤੇ ਬੰਦਾ ਵੀ ਖਿਲਾਰ ਦਿਉ ਤਾਂ ਵੀ ਇੰਨਾ ਮਜ਼ਬੂਤ ਆ, ਇਹਦੀ ਵੈਲਡਿੰਗ ਨਹੀਂ ਟੁੱਟ ਸਕਦੀ। ਕਾਫੀ ਬਿਜ਼ੀ ਰਹਿੰਦੇ ਨੇ ਇਹਨਾਂ ਦੇ ਵਰਕਰਸ ਵਰਕਸ਼ਾਪ 'ਤੇ, ਬਟ ਫਿਰ ਵੀ ਮੇਰੇ ਵਾਸਤੇ ਇਹਨਾਂ ਨੇ ਸਪੈਸ਼ਲ ਟਾਈਮ ਕੱਢ ਕੇ ਇੰਨਾ ਵਧੀਆ ਮੈਨੂੰ ਫਲੈਗ ਸਟੈਂਡ ਬਣਾ ਕੇ ਦਿੱਤਾ। ਅੰਕਲ ਦਾ ਵਾਰਸਲ ਵੈਲਡ ਕਰਤੀ ਨੱਟ ਦੇ ਉੱਤੇ, ਤਾਂ ਕਿ ਉਹ ਹੱਥ ਦੇ ਨਾਲ ਹੀ ਮੈਂ ਉਹਨੂੰ ਟਾਈਟ ਕਰਕੇ ਇਨ ਕੇਸ ਮੈਂ ਕਿਤੇ ਇਹੋ ਜਿਹੀ ਥਾਂ 'ਤੇ ਆਪਣੀ ਕਾਰ ਖਿਲਾਰਨੀ ਹੋਵੇ, ਮੈਂ ਉਹ ਪਾਈਪ ਨੂੰ ਉੱਤੋਂ ਦੀ ਕੱਢ ਕੇ ਗੱਡੀ ਦੇ ਵਿੱਚ ਸੇਫਲੀ ਰੱਖ ਸਕਦਾ। ਅਤੇ ਨੈਕਸਟ ਵੀਡੀਓ ਮੈਂ ਇੱਕ ਹੋਰ ਲੈ ਕੇ ਆਵਾਂਗਾ ਇਹਨਾਂ ਦੇ ਪੂਰੇ ਵਰਕਸ਼ਾਪ ਦੀ, ਇਹ ਕੀ ਚੀਜ਼ਾਂ ਮੈਨੂਫੈਕਚਰ ਕਰਦੇ ਨੇ, ਜਿਵੇਂ ਕਿ ਟਰੈਕਟਰ ਦੀ ਛੱਤਰੀ ਆ, ਟਰੈਕਟਰ ਦੇ ਅੱਗੇ ਜਿਹੜੀ ਟੈਂਕੀ ਲੱਗਦੀ ਆ, ਡੀਜ਼ਲ ਟੈਂਕ ਜਿਹਨੂੰ ਕਹਿੰਦੇ ਆਪਾਂ, ਐਕਸਟਰਾ ਟੈਂਕ। ਫਾਈਨਲੀ ਥੈਂਕ ਯੂ ਟੂ ਗੌਰਵ ਮਹਿਤਾ, ਨਿਸ਼ਾਂਤ ਮਹਿਤਾ, ਥੈਂਕਸ ਫੋਰ ਵਾਚਿੰਗ ਮਾਈ ਫੁੱਲ ਵੀਡੀਓ, ਪਲੀਜ਼ ਸਬਸਕ੍ਰਾਈਬ, ਲਾਈਕ ਐਂਡ ਸ਼ੇਅਰ ਮਾਈ ਯੂਟਿਊਬ ਚੈਨਲ।